ਹੁਸ਼ਿਆਰਪੁਰ ਦੇ ਗੁਰੂ ਹਰਕ੍ਰਿਸ਼ਨ ਸਕੂਲ 'ਚ ਬੰਬ ਦੀ ਖਬਰ ਨਾਲ ਹੜਕੰਪ ਮੱਚ ਗਿਆ। ਇਹ ਸਕੂਲ ਹੁਸ਼ਿਆਰਪੁਰ ਟਾਂਡਾ ਰੋਡ ਤੇ ਪਿੰਡ ਬੱਸੀ ਖੁੰਜਰ 'ਚ ਸਥਿਤ ਹੈ। ਦਰਅਸਲ ਕਿਸੇ ਨੇ ਫੋਨ ਉੱਪਰ ਸਕੂਲ 'ਚ ਬੰਬ ਹੋਣ ਦੀ ਸੂਚਨਾ ਦਿੱਤੀ ਸੀ। ਜਾਣਕਾਰੀ ਮੁਤਾਬਕ ਅੱਜ ਸਵੇਰੇ ਸਕੂਲ ਦੀ ਰਿਸੈਪਸ਼ਨ ਤੇ ਇੱਕ ਫੋਨ ਕਾਲ ਆਈ। ਫੋਨ ਸੁਣਨ ਵਾਲੀ ਸੁਖਜਿੰਦਰ ਕੌਰ ਮੁਤਾਬਕ ਜਦ ਉਸਨੇ ਫੋਨ ਸੁਣਿਆ ਤਾਂ ਸਾਹਮਣੇ ਤੋਂ ਇੱਕ ਔਰਤ ਨੇ ਕਿਹਾ ਕਿ ਤੁਹਾਡੇ ਸਕੂਲ 'ਚ ਇੱਕ ਟਿਫਨ ਵਿੱਚ ਬੰਬ ਹੈ ਅਤੇ ਉਸਨੇ ਆਪਣੀ ਜਗ੍ਹਾ ਅੰਮ੍ਰਿਤਸਰ ਦੱਸੀ। ਮੈਂ ਅੰਮ੍ਰਿਤਸਰ ਤੋਂ ਬੋਲ ਰਹੀ ਹਾਂ ਅਤੇ ਤੁਹਾਡੇ ਸਕੂਲ ਬੰਬ ਰੱਖਿਆ ਗਿਆ ਆ ਟਿਫਿਨ ਵਿੱਚ, ਅਤੇ ਮੈਂ ਕਿਹਾ ਤੁਹਾਨੂੰ ਭੁਲੇਖਾ ਲੱਗਿਆ ਹੋਣਾ ਆ, ਸਾਡਾ ਸਕੂਲ ਅੰਮ੍ਰਿਤਸਰ 'ਚ ਵੀ ਆ। ਅਤੇ ਕਹਿੰਦੇ ਨਹੀਂ, ਹੁਸ਼ਿਆਰਪੁਰ ਰੱਖਿਆ ਤੁਹਾਡੇ ਸਕੂਲ। ਅਤੇ 11 ਫਿਰ ਮੈਂ ਡਰ ਗਈ ਅਤੇ ਮੈਂ ਆਪਣੇ ਹਸਬੈਂਡ ਨੂੰ ਫੋਨ ਫੜਾਤਾ ਅਤੇ ਉਹਨਾਂ ਨੇ ਫਿਰ ਉਹ ਸੇਮ ਵਰਡਿੰਗਸ ਉਹਨਾਂ ਨੂੰ ਕਹੀਆਂ ਅਤੇ ਇਹਨਾਂ ਨੇ ਕਿਹਾ ਕਿ ਮੈਂ ਲੱਗਾ ਪੁਲਿਸ ਨੂੰ ਫੋਨ ਕਰਨ, ਅਤੇ ਉਹਨਾਂ ਨੇ ਫਿਰ ਫੋਨ ਕੱਟ ਦਿੱਤਾ। ਬੱਚੇ ਦੀ ਆਵਾਜ਼ ਸੀ ਜਾਂ ਲੇਡੀ ਸੀ? ਪਰ ਬੱਚੇ ਦੀ ਆਵਾਜ਼ ਲੱਗ ਰਹੀ ਸੀ ਵਿੱਚ ਵਿੱਚ। ਹਾਂਜੀ ਲੇਡੀ। ਹਾਂਜੀ। ਇਸ ਫੋਨ ਤੇ ਫੌਰਨ ਕਾਰਵਾਈ ਕਰਦੇ ਹੋਏ ਸਕੂਲ ਪ੍ਰਬੰਧਨ ਵੱਲੋਂ ਤੁਰੰਤ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਅਤੇ ਸਕੂਲ ਨੂੰ ਤੁਰੰਤ ਖਾਲੀ ਕਰਵਾ ਲਿਆ ਗਿਆ। ਮੌਕੇ ਤੇ ਪੁੱਜੀ ਪੁਲਿਸ ਅਤੇ ਬੰਬ ਸਕੁਐਡ ਦੀ ਟੀਮ ਸਰਚ ਆਪਰੇਸ਼ਨ ਕਰ ਰਹੀ ਹੈ। ਫਿਲਹਾਲ ਸਕੂਲ 'ਚੋਂ ਕੋਈ ਬੰਬ ਨਹੀਂ ਮਿਲਿਆ ਹੈ। ਪੁਲਿਸ ਵੱਲੋਂ ਸਾਰਾ ਇਲਾਕਾ ਸੀਲ ਕਰ ਦਿੱਤਾ ਗਿਆ ਹੈ। ਇੱਕ ਫੋਨ ਆਇਆ ਸੀ ਸਕੂਲ ਦੇ ਟੀਚਰ ਨੂੰ, ਉਹਨਾਂ ਨੇ ਕਿਹਾ ਆਪਣੀ ਮੈਡਮ ਨੂੰ ਦੱਸਿਆ ਵੀ ਉਹ ਜਿਹੜੇ ਨੇ ਫੋਨ ਕੀਤਾ ਉਹਨੇ ਕਿਹਾ ਵੀ ਤੁਹਾਡੇ ਸਕੂਲ 'ਚ ਬੰਬ ਹੈ। ਉਹ ਜਦੋਂ ਟੀਚਰ ਨੇ ਉਹਨੂੰ ਪੁੱਛਿਆ ਵੀ ਤੁਸੀਂ ਕਿੱਥੋਂ ਬੋਲਦੇ ਹੋ, ਉਹ ਕਹਿਣ ਲੱਗੇ ਵੀ ਅਸੀਂ ਅੰਮ੍ਰਿਤਸਰੋਂ ਬੋਲਦੇ ਹਾਂ, ਹੁਸ਼ਿਆਰਪੁਰ ਹਰਕ੍ਰਿਸ਼ਨ ਸਕੂਲ ਦੇ ਵਿੱਚ ਬੰਬ ਪਿਆ। ਉਹਨੇ ਅੱਗੇ ਪੁੱਛਿਆ ਵੀ ਤੁਹਾਨੂੰ ਕਿੱਦਾਂ ਪਤਾ ਲੱਗਾ, ਉਹ ਕਹਿਣ ਲੱਗੇ ਜੀ ਵੀ ਸਾਨੂੰ ਦੋ ਬੰਦੇ ਗੱਲਾਂ ਕਰਦੇ ਸੀ ਅਤੇ ਤਾਂ ਪਤਾ ਲੱਗਾ। ਉਹ ਮੈਡਮ ਨੇ ਆਪਣੀ ਪ੍ਰਿੰਸੀਪਲ ਮੈਡਮ ਨਾਲ ਗੱਲ ਕੀਤੀ ਅਤੇ ਮੈਡਮ ਨੇ ਅਗਾਂਹ ਡੀ ਸੀ ਸਾਹਿਬ ਨਾਲ ਗੱਲ ਕੀਤੀ। ਡੀ ਸੀ ਸਾਹਿਬ ਨੇ SSP ਨੂੰ ਕਿਹਾ ਅਤੇ SSP ਨੇ ਸਾਰੇ ਮਤਲਬ ਸਾਨੂੰ ਇੱਥੇ ਮੌਕੇ 'ਤੇ ਭੇਜਿਆ, ਅਸੀਂ ਇਹਦੀ ਰਿਸਰਚ ਕਰ ਰਹੇ ਹਾਂ, ਜਦੋਂ ਵੀ ਸਾਨੂੰ ਕੋਈ ਇਹੋ ਜਿਹੀ ਕੋਈ ਚੀਜ਼ ਮਿਲੇਗੀ ਅਸੀਂ ਤੁਹਾਨੂੰ ਦੱਸ ਦਿੱਤੀ ਜਾਊ। ਓਕੇ। ਜਿਹੜੇ ਨੰਬਰ ਤੋਂ ਫੋਨ ਆਇਆ ਉਹ ਅਸੀਂ ਉਹ ਬੰਦਾ ਟਰੇਸ ਕਰ ਲਿਆ ਜਿਹਦੇ ਕੋਲ ਉਹਨੇ ਸਿਮ ਖਰੀਦੀ ਸੀ, ਲੇਕਿਨ ਉਹ ਜਿਹੜੀ ਸਿਮ ਹੈ ਉਹ ਜੂਨ ਮਹੀਨੇ ਦੇ ਵਿੱਚ ਖਰੀਦੀ ਸੀ, ਐਕਟੀਵੇਟ ਉਹ 24 ਤਰੀਕ ਨੂੰ ਸੀ। ਪਰ ਇਸ ਨਹੀਂ ਫਿਲਹਾਲ ਹਜੇ ਤੱਕ ਕੁਛ ਨਹੀਂ ਮਿਲਿਆ ਕਿਉਂਕਿ ਹਜੇ ਤੱਕ ਅਸੀਂ ਟੋਟਲੀ ਸਾਰੀ ਇਹਦੀ ਰਿਸਰਚ ਕਰ ਰਹੇ ਹਾਂ। ਖਰੀਦੀ ਸਿਮ ਜਿਹਨੇ ਸਿਮ ਖਰੀਦੀ ਉਹ ਹਜੇ ਉਹ ਬੰਦਾ ਨਹੀਂ ਮਿਲਿਆ, ਲੇਕਿਨ ਜਿਹਦੇ ਨਾਂ 'ਤੇ ਸਿਮ ਲਈ ਅਸੀਂ ਉਹ ਬੰਦੇ ਨੂੰ ਟਰੇਸ ਕਰ ਰਹੇ ਹਾਂ। ਹੁਸ਼ਿਆਰਪੁਰ ਤੋਂ ਯੋਗੇਸ਼ ਬੈਲ ਦੀ ਰਿਪੋਰਟ, 5 ਆਪ ਟੁਡੇ।